ਪੰਜਾਬ ਦੀ ਖੇਤਰੀ ਪਾਰਟੀ ਨੂੰ ਲੈ ਕੇ, ਪੰਜਾਬ ਦੇ ਅਕਾਲੀ ਦਲ ਦੇ ਇਤਿਹਾਸ ਨੂੰ ਲੈ ਕੇ। ਚਲੋ ਆਪਾਂ ਜਾਂਦੇ ਜਾਂਦੇ ਇੱਕ ਹੋਰ ਖਬਰ 'ਤੇ ਨਜ਼ਰਸਾਨੀ ਜ਼ਰੂਰ ਕਰ ਲਈਏ। ਕਹਿੰਦੇ ਜੀ ਜਿਹੜਾ ਯੂਨੀਵਰਸਿਟੀਆਂ ਵਾਲਾ ਬਿੱਲ ਸੀਗਾ, ਪੰਜਾਬ ਯੂਨੀਵਰਸਿਟੀ ਸੋਧ ਬਿੱਲ 2023 ਜਿਹੜਾ ਰਾਸ਼ਟਰਪਤੀ ਹੋਰਾਂ ਨੇ ਖਾਰਜ ਕਰਕੇ ਭੇਜਿਆ, ਬੇਰੰਗ ਮੋੜਿਆ, ਉਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਹੀ ਨਹੀਂ ਹੋ ਰਿਹਾ, ਇਹ ਸਾਰਾ ਕੁਛ ਰਾਜਪਾਲ ਦੀ ਕਰੀ ਧਰੀ ਆ। ਉਹਨਾਂ ਨੇ ਫਿਰ ਉਹੀ ਇਲੈਕਟਡ ਅਤੇ ਸਿਲੈਕਟਡ ਵਾਲੀ ਗੱਲ ਕੀਤੀ, ਕਹਿੰਦੇ ਜਦੋਂ ਫੈਸਲੇ ਸਿਲੈਕਟਡ ਬੰਦੇ ਲੈਂਦੇ ਨੇ ਤਾਂ ਇਲੈਕਟਡ ਬੰਦਿਆਂ ਲਈ ਫਿਰ ਮੁਸ਼ਕਲ ਖੜੀ ਹੁੰਦੀ ਆ, ਕਹਿੰਦੇ ਜਦੋਂ ਕਿ ਫੈਸਲੇ ਇਲੈਕਟਡ ਬੰਦਿਆਂ ਨੂੰ ਲੈਣੇ ਚਾਹੀਦੇ ਨੇ। ਕਹਿੰਦੇ ਰਾਜਪਾਲ ਹੋਰਾਂ ਦੀ ਇਹ ਸ਼ਰਾਰਤ, ਅਤੇ ਅਸੀਂ ਕਹਿੰਦੇ ਦਿੱਤੇ ਕਮੇਟੀ ਬਿਠਾਵਾਂਗੇ, ਮੀਟਿੰਗ ਕਰਾਂਗੇ, ਚਰਚਾ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯੂਨੀਵਰਸਿਟੀਆਂ ਦਾ ਚਾਂਸਲਰ ਮੁੱਖ ਮੰਤਰੀ ਹੀ ਹੋਣਾ ਚਾਹੀਦਾ। ਰਾਸ਼ਟਰਪਤੀ ਵੱਲੋਂ ਵਾਪਸ ਭੇਜੇ ਗਏ ਬਿੱਲ ਬਾਰੇ ਉਹਨਾਂ ਨੇ ਆਪਣੀ ਰਾਏ ਰੱਖ ਦਿੱਤੀ ਅਤੇ ਕਿਹਾ ਅਸੀਂ ਜਲਦੀ ਮੀਟਿੰਗ ਕਰਾਂਗੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਪੰਜਾਬ ਯੂਨੀਵਰਸਿਟੀ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੁਆਰਾ ਵਾਪਸ ਕੀਤੇ ਜਾਣ ਤੋਂ ਬਾਅਦ ਰਾਜਨੀਤੀ ਨੇ ਇੱਕ ਨਵਾਂ ਮੋੜ ਕੱਟਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਚੁਣੇ ਹੋਏ ਮੁੱਖ ਮੰਤਰੀ ਹੀ ਯੂਨੀਵਰਸਿਟੀਆਂ ਦੇ ਚਾਂਸਲਰ ਹੋਣੇ ਚਾਹੀਦੇ ਨੇ, ਨਾ ਕਿ ਤੈਨਾਤ ਕੀਤੇ ਹੋਏ ਬੰਦੇ। ਸਿਲੈਕਟਡ ਬੰਦੇ ਚਾਂਸਲਰ ਨਹੀਂ ਹੋਣੇ ਚਾਹੀਦੇ, ਇਲੈਕਟਡ ਬੰਦੇ ਚਾਂਸਲਰ ਹੋਣੇ ਚਾਹੀਦੇ। ਕਹਿੰਦੇ ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਜਦੋਂ ਗਵਰਨਰ ਨੇ ਬਿੱਲ ਪਾਸ ਨਹੀਂ ਕਰਨਾ ਹੁੰਦਾ ਤਾਂ ਉਹ ਇਸ ਤਰ੍ਹਾਂ ਦੀਆਂ ਹੀ ਫੈਸਲੇ ਕਰਦੇ ਨੇ, ਉਹ ਬਿੱਲ ਰਾਸ਼ਟਰਪਤੀ ਨੂੰ ਭੇਜ ਦਿੰਦੇ ਨੇ ਅਤੇ ਉਹ ਤੋਂ ਬਾਅਦ ਰਾਸ਼ਟਰਪਤੀ ਕੁਝ ਸਮੇਂ ਲਈ ਆਪਣੇ ਕੋਲ ਰੱਖ ਕੇ ਫਿਰ ਵਾਪਸ ਕਰ ਦਿੰਦੇ ਨੇ। ਜੋ ਬਿੱਲ ਪਾਸ ਕਰਨਾ ਹੁੰਦਾ ਉਸ ਨੂੰ ਵਾਪਸ ਕਰ ਦਿੱਤਾ ਜਾਂਦਾ। ਸੋ ਕਹਿੰਦੇ ਕਿ ਕਿਉਂਕਿ ਇਹ ਬਿੱਲ ਲੰਮਾ ਸਮਾਂ ਰਾਜਪਾਲ ਕੋਲ ਪਿਆ ਰਿਹਾ, ਰਾਜਪਾਲ ਨੇ ਜਦੋਂ ਕੋਈ ਹੱਥ ਪੱਲਾ ਨਹੀਂ ਫੜਾਇਆ ਅਤੇ ਤਦ ਫਿਰ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲ ਆਪਣੀ ਡਿਊਟੀ ਪੂਰੀ ਕਰੇ, ਸੋ ਰਾਜਪਾਲ ਜੀ ਨੇ ਬਿੱਲ ਰਾਸ਼ਟਰਪਤੀ ਨੂੰ ਭੇਜਤੇ। ਰਾਸ਼ਟਰਪਤੀ ਨੇ ਉਹਨਾਂ ਤਿੰਨਾਂ ਬਿੱਲਾਂ 'ਚੋਂ ਇੱਕ ਬਿੱਲ ਖਾਰਜ ਕਰਕੇ ਭੇਜਤਾ। ਸੋ ਜਿਸ ਦੇ ਉੱਤੇ ਮੁੱਖ ਮੰਤਰੀ ਨੇ ਆਪਣਾ ਭਰੋਸਾ ਪ੍ਰਗਟਾਇਆ ਅਤੇ ਉਹਨਾਂ ਨੇ ਇਹਦੇ ਲਈ ਰਾਜਪਾਲ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕਰਦਿਆਂ ਫਿਰ ਕਿਹਾ ਕਿ ਜਿਵੇਂ ਹੁਣ ਅਸੀਂ ਯੂਨੀਵਰਸਿਟੀਆਂ ਦੇ 22 ਚਾਂਸਲਰ ਲਾਉਣੇ ਹੁੰਦੇ ਆ ਤਾਂ ਅਸੀਂ 22 ਚਾਂਸਲਰ ਲਈ ਤਿੰਨ ਤਿੰਨ ਨਾਮ ਭੇਜਦੇ ਹਾਂ ਰਾਜਪਾਲ ਜੀ ਨੂੰ, ਅਤੇ ਰਾਜਪਾਲ ਉਹਨਾਂ ਤਿੰਨਾਂ 'ਚੋਂ ਇੱਕ ਨਾਮ ਫਿਰ ਚੁਣਦੇ ਆ। ਮਤਲਬ ਕਹਿੰਦੇ ਇੱਥੇ ਸਿਲੈਕਟਡ ਬੰਦਾ ਚੁਣ ਰਿਹਾ ਜਦੋਂ ਕਿ ਇਲੈਕਟਡ ਬੰਦੇ ਨੂੰ ਅਧਿਕਾਰ ਹੋਣਾ ਚਾਹੀਦਾ। ਸੋ ਇਸ ਲਈ ਇਲੈਕਟਡ ਬੰਦਾ ਹੀ ਚਾਂਸਲਰ ਲੱਗੇ ਅਤੇ ਉਹੀ 22 ਚਾਂਸਲਰ ਚੁਣੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ, ਪੰਜਾਬ ਸਰਕਾਰ ਅਤੇ ਬਾਹਰ ਰਾਜਪਾਲ ਕੇਂਦਰ ਦੇ ਵਿਚਾਲੇ ਜਿਹੜਾ ਤਣਾਅ ਸੀ ਉਹ ਇੱਕ ਵਾਰ ਫਿਰ ਵਧਣ ਦੇ ਅਸਾਰ ਬਣ ਗਏ ਨੇ। ਸੋ ਮੁੱਖ ਮੰਤਰੀ ਸੰਕੇਤ ਦਿੱਤਾ ਕਿ ਸਾਨੂੰ ਇਹ ਖਾਰਜ ਕੀਤਾ ਹੋਇਆ ਬਿਰੰਗ ਮੋੜਿਆ ਹੋਇਆ ਬਿੱਲ ਮਨਜ਼ੂਰ ਨਹੀਂ, ਅਸੀਂ ਜਲਦੀ ਇਸ 'ਤੇ ਬੈਠਕ ਕਰਕੇ ਆਪਣਾ ਫੈਸਲਾ ਲਵਾਂਗੇ। ਤੁਸੀਂ ਵੇਖਦੇ ਰਹੋ ਤਾਂ TVNRI। ਬਹੁਤ ਬਹੁਤ ਸ਼ੁਕਰੀਆ।